ਅੰਮ੍ਰਿਤਸਰ ਪੇਜ ਨਿਊਜ਼ ਅੱਜ ਤੁਹਾਡੇ ਨਾਲ ਰੂਬਰੂ ਕਰਾਉਣ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਚੜ੍ਹਦੇ ਹੋਏ ਲੀਡਰ ਜਿਹੜੇ ਨੇ ਦੀਕਸ਼ਿਤ ਧਵਨ ਜੀ। ਆਓ ਇਹਨਾਂ ਨਾਲ ਗੱਲ ਕਰਕੇ ਜਾਣਦੇ ਹਾਂ ਕਿ ਇਹ ਕਿਸ ਆਪਣੇ ਪੋਜੀਸ਼ਨ ਦੇ ਉੱਤੇ ਨੇ ਤੇ ਕਿੰਨੀ ਦੇਰ ਤੋਂ ਨੇ। ਧਵਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਭਾਜੀ। ਧਵਨ ਜੀ ਤੁਸੀਂ ਇਸ ਪਾਰਟੀ ਨਾਲ ਕਿੰਨੀ ਦੇਰ ਤੋਂ ਜੁੜੇ ਹੋ? ਸਰ ਮੈਂ ਇਸ ਪਾਰਟੀ ਦੇ ਨਾਲ 2015 ਤੋਂ ਜੁੜਿਆ। ਅੱਛਾ ਜੀ, ਤੇ ਇਸ ਵੇਲੇ ਤੁਸੀਂ ਕੀ ਕਰ ਰਹੇ ਹੋ, ਕਿਹੜੀ ਕਾਰਜ ਪ੍ਰਣਾਲੀ ਦੇ ਵਿੱਚੋਂ ਤੁਹਾਡਾ ਕੀ ਅਹੁਦਾ ਹੈ? ਮੈਂ ਸ਼ਹਿਰ ਦਾ ਸਾਬਕਾ ਜਨਰਲ ਸੈਕਟਰੀ ਹਾਂ ਤੇ ਇਸ ਟਾਈਮ ਸਾਡੀ ਪਾਰਟੀ ਜਿਹੜੀ ਮੁਹਿੰਮ ਚੱਲ ਰਹੀ ਆਕਸੀਮੀਟਰ ਦੇ ਤਹਿਤ ਚੱਲ ਰਹੀ ਹੈ ਕਿ ਘਰ ਘਰ ਜਾ ਕੇ ਲੋਕਾਂ ਦਾ ਆਕਸੀਜਨ ਲੈਵਲ ਚੈੱਕ ਕਰਨਾ। ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਇੱਕ ਆਕਸੀਮੀਟਰ ਦਾ ਘਰ ਹੈ, ਜਿਹਦੇ ਨਾਲ ਅਸੀਂ ਕਰਕੇ ਨਾ ਲੋਕਾਂ ਦੇ ਘਰ ਘਰ ਤੱਕ ਜਾ ਰਹੇ ਹਾਂ ਤਾਂ ਉਹਨਾਂ ਨੂੰ ਆਕਸੀਜਨ ਲੈਵਲ ਚੈੱਕ ਕਰ ਰਹੇ ਹਾਂ, ਜਿਹਦੇ ਨਾਲ ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਬਾਡੀ 'ਚ ਉਹਨਾਂ ਪ੍ਰੋਬਲਮ ਹੈ ਕਿ ਨਹੀਂ, ਕਿਉਂਕਿ ਪੰਜਾਬ ਸਰਕਾਰ ਤਾਂ ਇਸ ਕੰਮ 'ਚ ਫੇਲ ਹੈ। ਕਿੱਦਾਂ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਇਸ ਕੰਮ 'ਚ ਫੇਲ ਹੈ, ਜਦਕਿ ਉਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਮੁਹਿੰਮ ਵੀ ਚਲਾਈ ਹੈ ਜਿਹਦੇ ਵਿੱਚ ਉਹ ਗਲੀ ਮੁਹੱਲੇ ਸੈਨੇਟਾਈਜ਼ ਕਰ ਰਹੇ ਨੇ ਜਾਂ ਘਰ ਘਰ ਜਾ ਕੇ ਆਕਸੀਜਨ ਲੈਵਲ ਚੈੱਕ ਕਰ ਰਹੇ ਨੇ। ਨਹੀਂ ਸਰ, ਤੁਸੀਂ ਮੈਨੂੰ ਇੱਕ ਦਿਖਾ ਲਓ ਕਾਂਗਰਸ ਬੰਦੇ ਜਿਹਨੇ ਘਰ ਘਰ ਜਾ ਕੇ ਆਕਸੀਜਨ ਲੈਵਲ ਚੈੱਕ ਕੀਤਾ ਹੋਵੇ। ਇਹ ਤਾਂ ਆਮ ਆਦਮੀ ਪਾਰਟੀ ਨੇ ਮੁਹਿੰਮ ਸ਼ੁਰੂ ਕੀਤੀ ਹੈ ਘਰ ਘਰ ਜਾ ਕੇ ਆਕਸੀਜਨ ਲੈਵਲ ਚੈੱਕ ਕਰਨਾ, ਤੇ ਜਦੋਂ ਆਮ ਆਦਮੀ ਪਾਰਟੀ ਨੇ ਇਹਦਾ ਆਗਾਜ਼ ਕੀਤਾ ਕਿ ਮੁਹਿੰਮ ਪੰਜਾਬ 'ਚ ਸਟਾਰਟ ਕਰਾਂਗੇ ਤੇ ਸਾਡੇ ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਨੇ ਕਿਹਾ ਨਹੀਂ ਇਹ ਚੀਜ਼ ਗਲਤ ਹੈ। ਉਹਨਾਂ ਨੂੰ ਪੁੱਛੋ ਕਿਸ ਲੈਵਲ ਤੇ ਗਲਤ ਹੈਗੀ ਹੈ, ਜੇ ਤੁਸੀਂ ਨਹੀਂ ਪੰਜਾਬ ਦਾ ਸੋਚੋ ਤੁਹਾਡਾ ਫਰਜ਼ ਬਣਦਾ ਹੈ ਪੰਜਾਬ ਦਾ ਸੋਚਣਾ। ਇਸ ਤੋਂ ਇਲਾਵਾ ਹੋਰ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ੍ਹ? ਤੁਹਾਨੂੰ ਦੱਸ ਰਹੇ ਹਾਂ ਕਿ ਆਪਸ਼ਨ ਮੀਟਰ ਦੀ ਮੁਹਿੰਮ ਸਾਡੀ ਸਟਾਰਟ ਹੈ। ਇਸ ਤੋਂ ਇਲਾਵਾ ਸਾਡੀ ਪਾਰਟੀ ਦੀ ਗਤੀਵਿਧੀਆਂ ਚੱਲ ਰਹੀਆਂ। ਮੇਨ ਮੇਰਾ ਫੋਕਸ ਕਰ ਰਿਹਾ ਕਿ ਅੰਮ੍ਰਿਤਸਰ ਦੇ ਯੂਥ ਨੂੰ ਵੱਧ ਤੋਂ ਵੱਧ ਪਾਰਟੀ ਦੇ ਨਾਲ ਜੋੜਿਆ ਜਾਵੇ, ਕਿਉਂਕਿ ਯੂਥ ਹੀ ਚੇਂਜ ਲਿਆਉਂਦਾ ਸੋਸਾਇਟੀ ਦੇ ਅੰਦਰ। ਯੂਥ ਦੀਆਂ ਜਿਹੜੀਆਂ ਜੁਆਇਨਿੰਗਸ ਕਰਾ ਰਹੇ ਹੋ? ਬਿਲਕੁਲ, ਯੂਥ ਦੀ ਜੁਆਇਨਿੰਗਸ ਕਰਾ ਰਹੇ ਹਾਂ, ਯੂਥ ਦੀ ਮੀਟਿੰਗਸ ਹੋ ਰਹੀਆਂ, ਯੂਥ ਤੋਂ ਰਾਏ ਲੈ ਰਹੇ ਹਾਂ ਕਿ ਉਹਨਾਂ ਦੇ ਰਿਗਾਰਡਿੰਗ ਸਮਾਜ 'ਚ ਕੀ ਹੋਣਾ ਚਾਹੀਦਾ, ਉਹਨਾਂ ਨੂੰ ਕੀ ਚਾਹੀਦਾ, ਜਿਹੜਾ ਕਿ ਜੋ ਕਿ ਕੰਮ ਸਰਕਾਰ ਦਾ ਬਣਦਾ ਸੀ 2017 ਦੇ ਅੰਦਰ ਵੀ ਸਰਕਾਰ ਨੇ ਝੂਠੇ ਲਾ ਲਾਏ। ਯੂਥ ਨੂੰ 2500 ਰੁਪਇਆ ਬੇਰੁਜ਼ਗਾਰ ਭੱਤਾ ਦੇਵਾਂਗੇ, ਘਰ ਘਰ ਨੌਕਰੀ ਦੇਵਾਂਗੇ, ਸਮਾਰਟਫੋਨ ਦੇਵਾਂਗੇ, ਜਿਹੜੇ ਕਿ ਬਿਲਕੁਲ ਹੀ ਨਹੀਂ ਮਿਲੇ। ਯੂਥ ਨੂੰ ਬੇਵਕੂਫ ਬਣਾਇਆ ਗਿਆ। ਆਉਣ ਵਾਲੇ ਇਲੈਕਸ਼ਨ ਦੇ ਵਾਸਤੇ ਕੀ ਗਤੀਵਿਧੀਆਂ ਨੇ ਤੁਹਾਡੀ ਸਰਕਾਰ ਦੀਆਂ? ਆਉਣ ਵਾਲੇ ਇਲੈਕਸ਼ਨ ਸਾਡੀ ਗਤੀਵਿਧੀਆਂ ਇਹ ਹੋਈ ਹੈ ਕਿ ਲੋਕਾਂ ਨੂੰ ਜਗਾਉਣਾ ਕਿ ਜੋ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਕੀਤਾ ਕੇਜਰੀਵਾਲ ਸਾਹਿਬ ਨੇ, ਸੇਮ ਮਾਡਲ ਅਸੀਂ ਪੰਜਾਬ 'ਚ ਚਾਹੁੰਦੇ ਇੰਪਲੀਮੈਂਟ ਹੋਵੇ। ਉੱਥੇ ਸਾਡੀ ਹੈਲਥ ਬਹੁਤ ਵਧੀਆ, ਐਜੂਕੇਸ਼ਨ ਬਹੁਤ ਵਧੀਆ, ਬੁਢਾਪਾ ਪੈਨਸ਼ਨ ਲੋਕਾਂ ਨੂੰ 3-3 ਹਜ਼ਾਰ ਮਿਲ ਰਹੀ ਹੈ, ਬਿਜਲੀ ਦੇ ਬਿੱਲ ਲੋਕਾਂ ਦੇ ਘੱਟ ਆ ਰਹੇ ਨੇ, 200 ਯੂਨਿਟ ਮਾਫ਼ ਹੈ, ਸਾਰਿਆਂ ਦਾ 200 ਯੂਨਿਟ ਮਾਫ਼ ਹੈ। ਮਤਲਬ ਕਿ ਜਿੰਨਾ ਵੀ ਸਰਕਾਰੀ ਤੰਤਰ ਚੱਲ ਰਿਹਾ ਬੜਾ ਬਹੁਤ ਵਧੀਆ ਚੱਲ ਰਿਹਾ। ਪੰਜਾਬ 'ਚ ਤਕਰੀਬਨ ਬੇੜਾ ਗਰਕ ਹੀ ਹੁੰਦਾ ਆ ਰਿਹਾ, ਹਜ ਅੱਜ ਵੀ ਬੇੜਾ ਗਰਕ ਹੀ ਹੈਗਾ ਪੰਜਾਬ। ਤਾਂ ਤੁਸੀਂ 2015 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ, ਬਿਲਕੁਲ, ਉਸ ਤੋਂ ਬਾਅਦ ਤੁਸੀਂ ਇਹ ਪਾਰਟੀ ਨੂੰ ਛੱਡ ਕੇ ਸੁਖਪਾਲ ਖਹਿਰਾ ਜੀ ਦੀ ਪਾਰਟੀ ਵਿੱਚ ਵੀ ਗਏ, ਕਿੰਨੀ ਦੇਰ ਗਏ, ਉਸ ਤੋਂ ਬਾਅਦ ਤੁਸੀਂ ਫਿਰ ਵਾਪਸ ਆਮ ਆਦਮੀ ਪਾਰਟੀ ਜਾ ਕੇ, ਕੀ ਕਾਰਨ ਸੀ? ਦੇਖੋ ਜੀ, ਉਸ ਟਾਈਮ ਹਾਲਾਤ ਹੀ ਇਹੋ ਜਿਹੇ ਬਣ ਚੁੱਕੇ ਸੀ ਕਿ ਸਾਡੇ ਜਿਹੜੇ ਵੀ ਅੰਮ੍ਰਿਤਸਰ ਦੇ ਯੂਨਿਟ ਸੀ ਉਹ ਇਮੋਸ਼ਨਲ ਟੱਚ ਵਿੱਚ ਅਸੀਂ ਉਹਦੇ ਨਾਲ ਚੱਲ ਗਏ। ਜਦੋਂ ਉਹਨਾਂ ਨੇ ਕਿਹਾ ਗਿਆ ਕਿ ਮੈਨੂੰ ਉਹਨਾਂ ਨੇ LOP ਤੋਂ ਲਾ ਦਿੱਤਾ ਗਿਆ ਵੈ ਇੱਕ ਟਵਿੱਟਰ 'ਤੇ ਟਵੀਟ ਕਰਕੇ, ਉਦੋਂ ਸਿਸਟਮ ਹੀ ਇਹੋ ਜਿਹਾ ਬਣ ਗਿਆ ਕਿ ਅਸੀਂ ਇਮੋਸ਼ਨਲ ਟੱਚ ਵਿੱਚ ਖਹਿਰਾ ਸਾਹਿਬ ਦੀ ਪਾਰਟੀ ਵੱਲ ਚੱਲ ਗਏ। ਜਦੋਂ ਸਾਨੂੰ ਸਮਝ ਆਈ ਕਿ ਅਸੀਂ ਗਲਤੀ ਕੀਤੀ ਹੈ, ਜਿਸ ਪਾਰਟੀ ਨੇ ਸਾਨੂੰ ਇੰਨਾ ਕੁਛ ਦਿੱਤਾ ਵੈ ਉਸ ਪਾਰਟੀ ਨੂੰ ਅਸੀਂ ਛੱਡ ਕੇ ਗਲਤੀ ਕੀਤੀ ਹੈ, ਉਹੋ ਹੀ ਗਲਤੀ ਨੂੰ ਸੁਧਾਰਨ ਵਾਸਤੇ ਅਸੀਂ ਵਾਪਸ ਪਾਰਟੀ 'ਚ ਆਏ ਵਿਦਆਊਟ ਕੰਡੀਸ਼ਨ। ਜਿਹੜਾ 2022 'ਚ ਇਲੈਕਸ਼ਨ ਹੋਣੇ ਨੇ, ਜਿੱਦਾਂ ਕਿ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਹਵਾ ਸੀ ਕਿ ਸਰਕਾਰ ਬਣੇਗੀ ਬਣੇਗੀ, ਪਰ ਨਹੀਂ ਬਣੀ। ਕਈ ਕੌਂਸਲਰ ਦੇ ਇਲੈਕਸ਼ਨ ਦੇ ਵਿੱਚ ਗੱਲ ਕਰ ਲਓ ਤਾਂ ਉਹਦੇ ਵਿੱਚ ਕਈਆਂ ਦੀਆਂ ਜ਼ਮਾਨਤਾਂ ਵੀ ਨਹੀਂ ਬਚਾ ਪਾਏ। ਹੁਣ ਅੱਗੇ ਵਾਸਤੇ ਕੀ ਮੁਹਿੰਮ ਜਾ ਰਹੀ ਹੈ, ਕੀ ਤੁਹਾਨੂੰ ਕੀ ਲੱਗਦਾ ਹੈ ਕਿ ਸਾਡੀ ਸਰਕਾਰ ਆਏਗੀ, ਜਾਂ ਅਸੀਂ ਜਿਹੜੀਆਂ ਸੀਟਾਂ ਪਿਛਲੀ ਵਾਰੀ ਸੈਂਟਰ ਹਲਕੇ 'ਚ ਵੰਡੀ ਸੀ ਅਨਾਊਂਸ ਕਰਨ ਦੇ ਬਾਅਦ ਵੀ ਉਹਨੂੰ ਅਸੀਂ ਬਦਲਦੇ ਰਹੇ, ਕਿ ਇਸ ਵਾਰੀ ਵੀ ਉਸ ਤਰ੍ਹਾਂ ਹੋਏਗਾ ਜੇ ਅਸੀਂ ਪਹਿਲੇ ਸੀਟਾਂ ਨਾ ਬੰਦੇ ਨਾਂ ਲੈ ਕੇ ਅਨਾਊਂਸ ਕਰਾਂਗੇ? ਬਿਲਕੁਲ ਜੀ, ਜੋ ਗਲਤੀਆਂ ਅਸੀਂ ਮਹਿਸੂਸ ਕਰਦੇ ਹਾਂ ਸਾਡੀ ਪਾਰਟੀ ਕੋਲ ਪਿੱਛੇ ਹੋਈਆਂ, ਪਾਰਟੀ ਦੁਬਾਰਾ ਦੁਹਰਾਏਗੀ ਨਹੀਂ। ਪਾਰਟੀ ਨੇ ਪੂਰਾ ਆਸ਼ਵਾਸਨ ਦਿੱਤਾ, ਜੋ ਵੀ ਕੰਮ ਹੈਗਾ ਮੈਰਿਟ ਬੇਸਿਸ ਉੱਪਰ ਹੋਏਗਾ, ਸਾਨੂੰ ਪਾਰਟੀ 'ਤੇ ਪੂਰਾ ਵਿਸ਼ਵਾਸ ਹੈ ਕਿ ਪਾਰਟੀ ਜੋ ਵੀ ਕਰੇਗੀ ਚੰਗਾ ਕਰੇਗੀ, ਅਤੇ ਜੋ ਵੀ ਪਾਰਟੀਆਂ ਦੇਸ਼ ਦੇਗੀ ਅਸੀਂ ਪਾਰਟੀ ਦੇ ਅਕੋਰਡਿੰਗ ਕੰਮ ਕਰਾਂਗੇ। 2017 'ਚ ਜੋ ਵੀ ਹੋਇਆ, ਹੋ ਸਕਦਾ ਸਾਡੀ ਗਲਤੀ ਹੋਈ, ਲੋਕਾਂ ਤੱਕ ਅਪਰੋਚ ਨਾ ਕਰ ਸਕੀਏ, ਕਿਉਂਕਿ ਬਹੁਤ ਕੋਸ਼ਿਸ਼ ਕੀਤੀ ਆਪਾਂ 2017 ਇਲੈਕਸ਼ਨ ਹਾਰ ਕੇ, ਬਸ ਸਿੱਖੇ ਹਾਂ ਉਦੋਂ ਕੁਛ ਨਾ ਕੁਛ, ਪਰ ਅਸੀਂ ਹੁਣ ਉਹ ਗਲਤੀ ਨਹੀਂ ਕਰਾਂਗੇ। ਅਤੇ 2022 ਦੀ ਸਰਕਾਰ ਡੈਫੀਨੇਟਲੀ ਬਣੇਗੀ, ਲੋਕ ਚਾਹੁੰਦੇ ਨੇ, ਮੈਂ ਚਾਹੁੰਦਾ ਕਿ ਤੁਸੀਂ ਜਾ ਕੇ ਸਰਵੇ ਕਰੋ ਗਲੀਆਂ ਮੁਹੱਲਿਆਂ 'ਚ, ਜਾ ਕੇ ਉਹਨੂੰ ਪੁੱਛੋ ਕਿ ਕਿਹੜੇ ਬੰਦੇ ਆ, ਕਿਹੜੀ ਪਾਰਟੀ ਆ ਜਿਹੜਾ ਦੁੱਖ ਸੁੱਖ 'ਚ ਸਾਥ ਦੇ ਕੇ ਤੁਹਾਨੂੰ ਹਰ ਇੱਕ ਬੰਦਾ ਕਹੇਗਾ ਕਿ ਆਮ ਆਦਮੀ ਪਾਰਟੀ। ਕੀ ਜਿੱਦਾਂ ਕਿ ਜਿਹੜਾ ਤੁਹਾਡਾ ਮੈਨੀਫੈਸਟੋ ਹੋਏਗਾ ਉਹਦੇ ਵਿੱਚ ਇਸ ਵਾਰੀ ਤੁਸੀਂ ਕੀ ਕੀ ਲੈ ਕੇ ਆਓਗੇ, ਕੀ ਨਵਾਂ ਹੋਏਗਾ ਜੋ ਪਬਲਿਕ ਨੂੰ ਪਬਲਿਕ ਦੀ ਸੁਵਿਧਾ ਵਾਸਤੇ ਕਰੋਗੇ? ਦੇਖੋ ਜੀ, ਆਮ ਆਦਮੀ ਪਾਰਟੀ ਹੈ ਜਿਹੜਾ ਮੇਨ ਏਜੰਡਾ ਕੋਲ ਲੋਕਾਂ ਨੂੰ ਹੈਗਾ ਕਿ ਬੇਸਿਕ ਐਮਿਨਿਟੀਜ਼ ਦੇਣੀਆਂ, ਕਿਉਂਕਿ ਸਮੇਂ ਸਮੇਂ ਦੀ ਸਰਕਾਰਾਂ ਨੇ ਸਿਰਫ ਝੂਠੇ ਲਾਰੇ ਲਾਏ, ਉਹ ਹੀ ਨਹੀਂ ਪੂਰੀਆਂ ਕਰ ਪਾਏ। ਬੱਚਿਆਂ ਨੂੰ ਐਜੂਕੇਸ਼ਨ, ਲੋਕਾਂ ਨੂੰ ਸਹੀ ਹੈਲਥ,
ਇਲੈਕਟ੍ਰਿਸਿਟੀ, ਜਿੰਨੀਆਂ ਵੀ ਬੇਸਿਕ ਬੇਸਿਕ ਸੁਵਿਧਾਵਾਂ ਹੈਗੀਆਂ ਅਸੀਂ ਉਹ ਕੰਮ ਮੈਨੀਫੈਸਟੋ 'ਚ ਲੈ ਕੇ ਆਵਾਂਗੇ। ਹਾਂਜੀ, ਪਰ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦੇ ਹਾਂ, ਤੁਹਾਡੇ ਮਾਧਿਅਮ ਤੋਂ ਪਹੁੰਚਾਉਣਾ ਚਾਹੁੰਦਾ ਲੋਕਾਂ ਤੱਕ, ਉਹ ਵਾਅਦਾ ਬਿਲਕੁਲ ਹੀ ਨਹੀਂ ਕਰਾਂਗੇ ਕੈਪਟਨ ਸਰਕਾਰ ਵਕਨ ਜਾਂ ਕਾਂਗਰਸ ਵਕਨ ਕਿ ਜਿਹੜਾ ਅਸੀਂ ਪੂਰਾ ਨਾ ਕਰ ਸਕੀਏ। ਮਾਨਸਾ ਤੋਂ ਇਲਾਵਾ ਜਿਹੜੇ ਕਿ ਬਹੁਤ ਚੰਗੀ ਤਰ੍ਹਾਂ ਆਪਣੀ ਇਸ ਫੀਲਡ ਦੇ ਵਿੱਚ ਕਾਰਗੁਜ਼ਾਰੀ ਕਰ ਰਹੇ ਨੇ, ਪਿੱਛੇ ਜੋ ਉਹਨਾਂ ਦਾ ਹੱਥ ਫ੍ਰੈਕਚਰ ਵੀ ਹੋ ਗਿਆ ਸੀ ਉਹਦੇ ਬਾਵਜੂਦ ਵੀ ਉਹ ਸੜਕਾਂ ਤੇ ਰਹੇ, ਪਬਲਿਕ ਦੇ ਨਾਲ ਰਹੇ, ਇਸ ਇਹਨਾਂ ਤੋਂ ਇਲਾਵਾ ਤੁਹਾਡੇ ਕੋਲ ਹੋਰ ਕਿਹੜਾ ਚਿਹਰਾ ਹੈ ਜਿਹੜਾ ਤੁਸੀਂ ਹਾਈਲਾਈਟ ਕਰਨਾ ਚਾਹੋਗੇ? ਦੇਖੋ ਜੀ, ਬਹੁਤ ਸਾਰੇ ਚਿਹਰੇ ਨੇ ਜਿਹੜੇ ਚਿਹਰੇ ਆਪਣੇ ਏਰੀਏ 'ਚ ਹਾਈਲਾਈਟ ਹੋ ਰਹੇ ਨੇ। ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਪ੍ਰਧਾਨ ਨੇ, ਇਸ ਕਰਕੇ ਤੁਸੀਂ ਤਾਂ ਤੁਹਾਨੂੰ ਜ਼ਿਆਦਾ ਦਿਖ ਰਹੇ ਨੇ। ਬਾਕੀ ਸਾਡੇ ਕੋਲ ਬਹੁਤ ਸਾਰੇ ਲੀਡਰ ਨੇ, ਬਹੁਤ ਸਾਰੇ MLAs ਨੇ, ਸਾਡੇ ਵਿਧਾਨ ਸਭਾ 'ਚ 20 MLAs ਨੇ, ਠੀਕ ਹੈ ਨਾ। ਉਹਨਾਂ ਵਿੱਚ ਬਹੁਤ ਸਾਰੇ ਚਿਹਰੇ ਮਾ ਜਿਸਾ ਕਿ ਪ੍ਰੋਫੈਸਰ ਬਰਜਿੰਦਰ ਕੌਰ ਜੀ ਨੇ, ਉਸ ਤੋਂ ਬਾਅਦ ਹੋਰ ਸਾਰੇ ਕਈ MLAs ਨੇ ਜਿਹੜੇ ਆਪਣੇ ਆਪਣੇ ਏਰੀਆ 'ਚ ਆਪਣਾ ਕੰਮ ਬਖੂਬੀ ਨਿਭਾ ਰਹੇ ਨੇ ਅਤੇ ਆਪਣੇ ਲੈਵਲ 'ਤੇ ਹਾਈਲਾਈਟ ਪੂਰੇ ਪ੍ਰੋਪਰ ਹੈ ਨੇ। ਜਿੱਦਾਂ ਕਿ ਪਿਛਲੇ ਇਲੈਕਸ਼ਨਾਂ ਦੇ ਵਿੱਚ ਜਦੋਂ ਕਿ ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਹਵਾ ਸੀ, ਕੁਛ ਵੱਖੋ ਵੱਖਰੀਆਂ ਪਾਰਟੀਆਂ ਤੋਂ ਵੀ ਵੱਡੇ ਵੱਡੇ ਚਿਹਰੇ ਦਿਖਾਈ ਦੇ ਰਹੇ ਸੀ, ਤੇ ਇਹੋ ਜਿਹਾ ਇਸ ਵਾਰੀ ਵੀ ਕਿਸੇ ਨੂੰ ਮਨਾਇਆ ਜਾ ਰਿਹਾ ਨੇ ਆਪਣੀ ਪਾਰਟੀ ਸ਼ਾਮਿਲ ਕਰਨ ਦਾ ਕੋਈ ਬਣ ਰਿਹਾ? ਦੇਖੋ ਜੀ, ਇਹ ਕਿਹਨੂੰ ਅਪਰੋਚ ਕਰਨਾ, ਕਿਹਨੂੰ ਅਪਰੋਚ ਨਹੀਂ ਕਰਨਾ, ਇਹ ਮੇਰੀ ਜੁਰਿਸਡਿਕਸ਼ਨ 'ਚ ਨਹੀਂ ਆਉਂਦਾ। ਇਹ ਪਾਰਟੀ ਹਾਈਕਮਾਂਡ ਤੈਅ ਕਰਦੀ ਹੈ, ਅਤੇ ਬਿਹਤਰ ਹੈ ਕਿ ਉਹ ਹੀ ਬਿਹਤਰ ਜਾਣਦੇ ਪਾਰਟੀ ਸੇ ਕੀ ਚੰਗਾ ਅਤੇ ਕੀ ਮਾੜਾ, ਜਿਸ ਤਰ੍ਹਾਂ ਦੇ ਵੀ ਸਾਨੂੰ ਉਦੇਸ਼ ਹੋਣਗੇ ਅਸੀਂ ਉਹਦੇ ਮੁਤਾਬਕ ਚੱਲਾਂਗੇ। ਪਰ ਹਾਂ, ਇਸ ਤਰ੍ਹਾਂ ਗੱਲ ਹੈਗੀ, ਜੋ ਗਲਤੀਆਂ ਪਾਰਟੀ ਨੇ ਅਸੀਂ ਪਿੱਛੇ ਕੀਤੀਆਂ ਨਾ ਕਿ ਦੂਸਰੀ ਪਾਰਟੀਆਂ ਤੋਂ ਲਿਆ ਕੇ ਵਾਪਸ ਇੱਥੇ ਬੰਦੇ ਟਿਕਟਾਂ ਦੇਣੀਆਂ, ਉਹ ਚੀਜ਼ਾਂ ਹੋਣੀ ਹੋਣਗੀਆਂ। ਜਿੱਦਾਂ ਕਿ ਤੁਸੀਂ ਕਿਹਾ ਕਿ ਅਸੀਂ ਘਰ ਘਰ ਜਾ ਕੇ ਸਰਵੇ ਵੀ ਕਰ ਰਹੇ ਹਾਂ, ਪਰ ਵੇਖਣ 'ਚ ਆ ਰਿਹਾ ਕਿ ਆਮ ਆਦਮੀ ਜਿਹੜੀ ਪਾਰਟੀ ਆ ਇਹਦੀ ਜਿਹੜੀ ਛਵੀ ਆ ਬਹੁਤ ਜ਼ਿਆਦਾ ਧੁੰਦਲੀ ਹੋ ਚੁੱਕੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜੀ, ਸਾਨੂੰ ਤਾਂ ਕੋਈ ਧੁੰਦਲੀ ਲੱਗਦੀ ਨਹੀਂ ਜੀ। ਮੈਂ ਤੁਹਾਨੂੰ ਦੱਸ ਦੇ ਰਿਹਾ, ਤੁਸੀਂ ਵੀ ਜਾਓ ਲੋਕਾਂ 'ਚ, ਪਬਲਿਕ 'ਚ ਜਾਓ, ਜਾ ਕੇ ਪੁੱਛੋ ਆਮ ਆਦਮੀ ਪਾਰਟੀ ਬਾਰੇ, ਫਿਰ ਤੁਸੀਂ ਦੇਖੋ ਕਿ ਧੁੰਦਲੀ ਹੈਗੀ ਕਿ ਨਹੀਂ ਹੈਗੀ। ਅਸੀਂ ਜਾ ਰਹੇ ਹਾਂ, ਲੋਕਾਂ ਤੱਕ ਪਹੁੰਚ ਕਰ ਰਹੇ ਹਾਂ, ਲੋਕਾਂ ਨੇ ਸਾਨੂੰ ਬਾਹਾਂ ਖੋਲ੍ਹ ਕੇ ਅਪਣਾਇਆ ਵਾ, ਤਾਂ ਲੋਕੀ ਕਹਿੰਦੇ ਆ ਜੋ ਮਰਜ਼ੀ ਹੋ ਜਾਵੇ 2022 'ਚ ਅਸੀਂ ਤੁਹਾਡੇ ਨਾਲ ਹਾਂ। ਸਾਨੂੰ ਪਹਿਲੇ 2017 'ਚ ਝੂਠ ਬੋਲ ਕੇ ਸਰਕਾਰ ਬਣਾਏਗੀ, ਅਸੀਂ ਉਹਨੂੰ ਕੰਮ ਨਹੀਂ ਹੁੰਦਾ। ਤੁਸੀਂ ਗੱਲ ਕੀਤੀ ਯੂਥ ਦੀ, ਯੂਥ ਦੇ ਵਿੱਚ ਕਿੰਨਾ ਕੁ ਯੂਥ ਤੁਸੀਂ ਇਕੱਠਾ ਕਰ ਲਿਆ ਜਾਂ ਕਿੰਨੇ ਕੁ ਤੁਹਾਡੀ ਤਿਆਰੀ ਚੱਲ ਰਹੀ ਹੈ, ਕਿੱਧਰੋਂ ਕਿੱਧਰੋਂ ਚੱਲ ਰਹੀ ਹੈ? ਦੇਖੋ ਜੀ, ਮੈਂ ਪਰਸਨਲੀ ਆਪਣੀ ਗੱਲ ਕਰਾਂ, ਮੇਰੇ ਅਕੋਰਡਿੰਗ ਯੂਥ ਕੋਈ ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਯੂਥ ਪਾਰਟੀ ਵਾਸਤੇ ਚਾਹੀਦਾ ਇੱਕ ਇੰਟਲੈਕਚੁਅਲ ਜਿਹੜਾ ਸਮਝੇ ਕਿ ਜਿਹੜੇ ਵੀ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ BJP ਹੈ, ਚਾਹੇ ਉਹ ਕਾਂਗਰਸ ਆ, ਅਗਰ ਕੋਈ ਗੱਲ ਕਰ ਰਹੀ ਹੈ, ਕੋਈ ਵਾਅਦੇ ਕਰ ਰਹੀ ਹੈ, ਉਹ ਠੀਕ ਕਰ ਰਹੀ ਹੈ ਕਿ ਨਹੀਂ ਕਰ ਰਹੀ, ਠੀਕ ਤੋਂ ਮੇਰਾ ਭਾਵ ਹੈ ਕਿ ਉਹ ਚੀਜ਼ਾਂ ਪੋਸੀਬਲ ਹੈ ਕਿ ਨਹੀਂ ਹੈ। ਜਿਸ ਤਰ੍ਹਾਂ 2017 ਵਿੱਚ ਕੈਪਟਨ ਸਰਕਾਰ ਸਾਹਿਬ ਨੇ ਕਿਹਾ ਸੀ ਕਿ ਘਰ ਘਰ ਨੌਕਰੀ ਦੇਵਾਂਗੇ ਸਰਕਾਰੀ, ਉਹ ਭਾਜੀ ਪੋਸੀਬਲ ਨਹੀਂ ਹੈ। ਸਾਡੀ ਸਮੇਂ ਦੀ ਸਰਕਾਰਾਂ ਨੇ ਯੂਥ ਨੂੰ ਕਦੀ ਪੜ੍ਹਨ ਦਿੱਤਾ ਹੀ ਨਹੀਂ। ਤੁਸੀਂ ਸਕੂਲਾਂ ਦੀ ਹਾਲਤ ਦੇਖ ਲਓ, ਆਪਣੇ ਸੈਂਟਰਲ ਕਰੀ ਮੈਂ ਤੁਹਾਨੂੰ ਗੱਲ ਕਰਦਾ, ਤੁਸੀਂ ਸੈਂਟਰਲ ਕਈ ਸਰਕਾਰੀ ਸਕੂਲ ਨੇ, ਹਾਲੇ ਤੱਕ ਵੀ ਅਸੀਂ ਜ਼ਮੀਨਾਂ 'ਤੇ ਬਹਿਣ ਨੂੰ ਮਜਬੂਰ ਹਾਂ, ਟਾਟਾ 'ਤੇ ਬਹਿਣ ਨੂੰ ਮਜਬੂਰ ਹਾਂ, ਟੁੱਟੇ ਡੈਸਕ ਨੇ, ਪ੍ਰੋਪਰ ਮੈਨੇਜਮੈਂਟ ਨਹੀਂ ਹੈ। ਦਿੱਲੀ ਦੇ ਸਕੂਲ ਕੰਪੇਅਰ ਕਰ ਲਓ ਜਨਾਬ, ਦਿੱਲੀ ਦੇ ਸਕੂਲਾਂ ਦੇ ਵਿੱਚ ਕੀ ਗਾ ਵਾ? ਇੰਟਰਨੈਸ਼ਨਲ ਫੈਕਲਟੀ, ਸਮਾਰਟ ਕਲਾਸਿਸ, AC ਕਲਾਸਰੂਮਸ, ਸਵਿਮਿੰਗ ਪੂਲਸ, ਪਲੇਗਰਾਊਂਡਸ। ਉਸ ਤੋਂ ਬਾਅਦ ਆਫਟਰ +2 ਅਗਰ ਕੋਈ ਵੀ ਸਟੂਡੈਂਟ ਪੜ੍ਹਨਾ ਚਾਹੁੰਦਾ, ਅਗਰ ਕੋਈ ਉਹਦੇ ਘਰ ਦੀ ਫਾਈਨੈਂਸ਼ੀਅਲ ਹਾਲਤ ਅਲਾਅ ਨਹੀਂ ਕਰਦੀ, ਤਾਂ ਦਿੱਲੀ ਸਰਕਾਰ 10 ਲੱਖ ਤੋਂ ਲੈ ਕੇ 25 ਲੱਖ ਤੱਕ ਲੋਨ ਪ੍ਰੋਵਾਈਡ ਕਰਾਉਂਦੀ ਹਾਇਰ ਸਟੱਡੀ ਵਾਸਤੇ, ਜਾਂ ਕਿਸੇ ਵੀ ਕੰਪੀਟੀਸ਼ਨ ਲੈਵਲ ਵਾਸਤੇ ਤਿਆਰ ਕਰਨਾ ਹੋਵੇ, ਤਾਂ ਬਿਨਾਂ ਗਰੰਟੀ ਤੋਂ ਕਿ ਉਹ ਲੋਨ ਸਟੂਡੈਂਟ ਉਤਾਰਨਗੇ, ਕਿਹਨੂੰ ਉਤਾਰਨਗੇ ਜਿਹੜੇ ਜੋਬ ਲੱਗ ਜਾਣਗੇ। ਇਹੋ ਜਿਹੀ ਫੈਸਿਲਿਟੀ ਹੈ ਪੰਜਾਬ ਵਿੱਚ, ਸਾਡਾ ਯੂਥ ਵਾਸਤੇ ਇਹ ਵਿਜ਼ਨ ਹੈਗਾ। ਯੂਥ ਚਾਹੀਦੀ ਐਜੂਕੇਟਡ ਭਾਅ ਜੀ, ਯੂਥ ਨੂੰ ਐਜੂਕੇਟ ਕਰਾਂਗੇ ਤਾਂ ਸਮਾਜ ਸੁਧਰੇਗਾ। ਤੁਸੀਂ ਦੇਖੋ ਸਕੂਲ ਦੀ ਹਾਲਾਤ ਆ, ਹਾਲਤ ਦੇਖ ਲਓ ਪੰਜਾਬ ਦੇ। ਪਰ ਕੈਪਟਨ ਸਾਹਿਬ ਦਿੱਲੀ 'ਚ ਇਲੈਕਸ਼ਨ ਨੇ ਕਿਹਾ ਗਿਆ ਜੀ 5000 ਸਕੂਲ ਮੈਂ ਸਮਾਰਟ ਕਰਤਾ, ਮੈਨੂੰ ਦੱਸੋ ਇੱਕ ਵੀ ਦੱਸ ਦਿਓ 5000 ਦੀ ਦੂਰ ਦੀ ਗੱਲ, 5 ਗਿਣਾ ਦਿਓ ਮੈਨੂੰ ਪੂਰੇ ਪੰਜਾਬ ਵਿੱਚ ਜਿਹੜੇ ਸਮਾਰਟ ਸਕੂਲ ਹੋਣ, ਦਿੱਲੀ ਦੇ ਲੈਵਲ ਨੂੰ ਕੰਪਲੀਟ ਕਰਦੇ ਹੋਣ। ਜਿੱਦਾਂ ਕਿ ਤੁਸੀਂ ਆਪਣੇ ਪੂਰੇ ਆਤਮ ਵਿਸ਼ਵਾਸ ਨਾਲ ਜਾਂ ਆਪਣੀ ਗਰਾਊਂਡ ਲੈਵਲ 'ਤੇ ਜੋ ਵੀ ਤੁਸੀਂ ਕੰਮ ਕਰ ਰਹੇ ਹੋ, ਉਹਦੇ ਵਾਸਤੇ ਕੋਈ ਸੈਗਮੈਂਟ ਵੀ ਤਿਆਰ ਕੀਤੇ ਨੇ, ਕੋਈ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਜਿਹੜੇ ਅਲੱਗ ਅਲੱਗ ਏਰੀਏ 'ਚ ਹੋਣ, ਜਿੱਦਾਂ ਕੋਈ ਹਲਕੇ ਵੰਡੇ ਗਏ ਹੋਣ? ਹਾਂਜੀ ਬਿਲਕੁਲ ਸਰ, ਤੁਹਾਨੂੰ ਮੈਂ ਦੱਸਿਆ, ਰਾਈਟ ਨਾਲ ਸਾਡਾ ਇਹ ਆਕਸੀਮੀਟਰ ਦਾ ਪ੍ਰੋਗਰਾਮ ਚੱਲ ਰਿਹਾ, ਪੂਰੇ ਅੰਮ੍ਰਿਤਸਰ 'ਚ 300 ਟੀਮਾਂ ਤਿਆਰ ਨੇ ਜਿਹੜੀ ਵਾਰਡ ਵਾਰਡ ਵਾਈਜ਼ ਜਾ ਕੇ ਲੋਕਾਂ ਨੂੰ ਅਪਰੋਚ ਕਰ ਰਹੀਆਂ ਨੇ। ਕਿਉਂਕਿ ਦਿੱਲੀ ਦੇ ਅੰਦਰ ਉਹਨਾਂ ਨੇ ਕੀਤਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਬੰਦਾ ਘਰ ਕੁਆਰੰਟਾਈਨ ਹੋ ਕੇ ਵੀ ਠੀਕ ਹੋ ਸਕਦਾ। ਉਹ ਕਿਸ ਤਰ੍ਹਾਂ, ਦਿੱਲੀ ਵਿੱਚ ਪ੍ਰੋਪਰ ਕਿੱਟ ਦਿੱਤੀਆਂ ਗਈਆਂ, ਉਹਨਾਂ ਵਿੱਚ ਆਕਸੀਮੀਟਰ ਦਿੱਤੇ ਗਏ ਜਿਹੜਾ ਕਰਦਾ ਕਿ ਸਮੇਂ ਸਮੇਂ 'ਤੇ ਆਕਸੀਜਨ ਲੈਵਲ ਦੀ ਭਾਜੀ ਅਸੀਂ ਜਾਂਚ ਕਰ ਸਕਦੇ। ਕਿਉਂਕਿ ਬਲੱਡ ਵਿੱਚ ਇਹ ਸਾਨੂੰ ਦੱਸੇਗਾ ਕਿ ਤੁਹਾਡੇ ਪਲਸ ਪਲਸ ਆਕਸੀਮੀਟਰ ਹੈ ਜਿਹੜਾ ਤੁਹਾਡੇ ਪਲਸ ਦੀ ਅਤੇ ਤੁਹਾਡੇ ਬਾਡੀ 'ਚ ਬਲੱਡ ਦੇ ਵਿੱਚ ਆਕਸੀਜਨ ਕਿੰਨਾ, ਉਹਦੇ ਬਾਰੇ ਦੱਸਦਾ। ਅਤੇ ਬਸ ਬਾਰ ਬਾਰ ਚੈੱਕ ਕਰੀ ਜਾਓ, ਦੇਖੀ ਤੁਹਾਡੇ ਬਲੱਡ ਦੇ ਆਕਸੀਜਨ ਘੱਟ, ਤੁਸੀਂ ਡਾਕਟਰ ਨੂੰ ਕੰਸਲਟ ਕਰੋ। ਇੱਥੋਂ ਦੇ ਜਿਹੜਾ ਆਪਣਾ ਹੈਲਥ ਸਿਸਟਮ ਹੈ ਟੋਟਲ ਕੋਲੈਪਸ ਹੋ ਚੁੱਕਾ ਵਾ। ਹੈਲਥ ਸਿਸਟਮ ਦਾ ਕੋਈ ਏਜੰਡਾ ਨਹੀਂ, ਕਿਸ ਤਰੀਕੇ ਨਾਲ ਕੰਮ ਆ, ਤੁਸੀਂ ਤੁਹਾਨੂੰ ਲੱਗਦਾ
ਤੁਸੀਂ ਅੱਜ ਇੰਟਰਵਿਊ ਮੇਰੀ ਕਰ ਰਹੇ ਹੋ, ਤੁਸੀਂ ਲੋਕਾਂ ਤੱਕ ਵੀ ਜਾਂਦੇ ਹੋ, ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਮੈਨੂੰ ਦੱਸੋ ਕਿ ਅੱਜ ਖੁਦਾ ਨਾ ਖਾਸਤਾ ਕੋਈ ਸਾਡਾ ਬੰਦਾ ਬਿਮਾਰ ਪੈ ਜਾਂਦਾ, ਸਿਵਲ ਹਸਪੀਟਲ ਜਾ ਕੇ ਚੰਗਾ ਇਲਾਜ ਵਾਲਾ ਹੋ ਸਕਦਾ, ਗੁਰੂ ਨਾਨਕ ਹਸਪੀਟਲ ਜਾ ਕੇ ਚੰਗਾ ਇਲਾਜ ਹੋ ਸਕਦਾ, ਤਕਰੀਬਨ ਬੰਦੇ ਸਰਕਾਰੀ ਹਸਪੀਟਲ ਪ੍ਰਾਈਵੇਟ ਹਸਪੀਟਲ ਅਪਰੋਚ ਕਰਦੇ ਨੇ। ਮੈਂ ਕੋਵਿਡ ਨੂੰ ਲੈ ਕੇ ਪਰਸਨਲ ਐਡਵਾਈਸ ਇਹੋ ਹੀ ਹੈ ਕਿ ਪ੍ਰੋਪਰ ਮਾਸਕ ਪਾ ਕੇ ਰਹਿਣ। ਦੂਸਰੀ ਗੱਲ ਹੈਗੀ ਕਿ ਮੈਂ ਚਾਹਾਂਗਾ ਕਿ ਲੋਕ ਆਪਣੇ ਘਰਾਂ 'ਚ ਆਕਸੀਮੀਟਰ ਵੀ ਰੱਖਣ, ਜਿਹਦੇ ਨਾਲ ਸਮੇਂ ਸਮੇਂ ਦੇ ਆਪਣੇ ਬਲੱਡ ਵਿੱਚ ਆਕਸੀਜਨ ਲੈਵਲ ਚੈੱਕ ਕਰ ਸਕਣ, ਅਤੇ ਜਿਹਦਾ ਕਰਕੇ ਲੋਕਾਂ ਵਿੱਚ ਪੈਨਿਕ ਘੱਟ ਹੋਵੇ। ਸਰਕਾਰਾਂ ਨੇ ਬਹੁਤ ਪੈਨਿਕ ਕ੍ਰੀਏਟ ਕੀਤਾ ਵਾ, ਕੈਪਟਨ ਸਾਹਿਬ ਦੇ ਇੱਥੋਂ ਤੱਕ ਦੱਸ ਰਹੇ ਨੇ ਭਾਅ ਜੀ ਅੱਜ ਜਿੰਨੇ ਬੰਦੇ ਮਰ ਰਹੇ ਨੇ ਇਸ ਟਾਈਮ ਜਿੰਨੇ ਬੰਦੇ ਖਤਮ ਹੋ ਜਾਣਗੇ, ਸਰਕਾਰ ਨਹੀਂ ਹੈ, ਇਹ ਲੋਕਾਂ 'ਚ ਪੈਨਿਕ ਕ੍ਰੀਏਟ ਕਰ ਰਹੀ ਹੈ। ਸਰਕਾਰ ਨੂੰ ਚਾਹੀਦਾ ਅਗਰ ਕਿਸੇ ਬੰਦੇ ਨੇ ਆਕਸੀਜਨ ਮਾਸਕ ਨਹੀਂ ਸੋਰੀ ਪਾਇਆ ਹੋਇਆ ਤੇ ਉਹਨੂੰ ਮਾਸਕ ਦੇ ਨਾ ਕਿ 500 ਰੁਪਏ ਚਲਾਨ ਕੱਟਣ। ਲੋਕਾਂ ਕੋਲ ਖਾਣ ਦੇ ਪੈਸੇ ਹੈਗੇ ਨਹੀਂ ਹੈ, 500 ਕਿੱਥੋਂ ਦੇ ਦੇਣਗੇ। ਜਿੱਦਾਂ ਕਿ ਇਹਨਾਂ ਨੇ ਹੁਣੇ ਲੋਕਡਾਊਨ ਫਿਰ ਤੋਂ ਸ਼ੁਰੂ ਕੀਤਾ ਸੀ, ਹੁਣ ਇੱਕਦਮ ਇਹਨਾਂ ਨੇ ਸ਼ਨੀਵਾਰ ਦਾ ਲੋਕਡਾਊਨ ਖਤਮ ਕਰਕੇ ਸਿਰਫ ਐਤਵਾਰ ਦਾ ਰੱਖਤਾ, ਤੁਹਾਨੂੰ ਕੀ ਲੱਗਦਾ ਕਿ ਜੇ ਐਤਵਾਰ ਦੇ ਦਿਨ 'ਚ ਕਰਫਿਊ ਰੱਖਣ ਨਾਲ ਕੋਈ ਫਰਕ ਪਏਗਾ? ਦੇਖੋ ਜੀ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਸੰਡੇ ਦੇ ਕਰਫਿਊ ਦਾ ਕੀ ਇੰਪੈਕਟ ਪੈਂਦਾ ਵਾ। ਉਹਦਾ ਕੋਈ ਇੰਪੈਕਟ ਨਹੀਂ ਪੈਣਾ ਜੀ, ਕਰੋਨਾ ਦੱਸ ਕੇ ਨਹੀਂ ਆਉਣਾ, ਕਰੋਨਾ ਨੇ ਕਿਸੇ ਨੂੰ ਫੋਨ ਕਰਕੇ ਨਹੀਂ ਆਉਣਾ, ਮੈਂ ਆ ਗਿਆ ਵਾਂ। ਇਹ 'ਚ ਜੇ ਸਿਰਫ ਇੱਕ ਪਬਲਿਕ ਅਵੇਅਰਨੈਸ ਚਾਹੀਦੀ ਹੈ, ਜੇ ਪਬਲਿਕ ਅਵੇਅਰਨੈਸ ਹੋਏਗੀ ਤਾਂ ਤਦੇ ਕਾਬੂ ਕੀਤਾ ਜਾ ਸਕਦਾ ਵੈ। ਲੋਕਡਾਊਨ ਨਾਲ ਕੋਈ ਫਰਕ ਨਹੀਂ ਪੈਣਾ, ਲੋਕਡਾਊਨ ਸਿਰਫ ਤੁਸੀਂ ਦੇਖਿਆ ਗਿਆ ਜੇ 4-5 ਮਹੀਨੇ ਪਿੱਛੇ ਲੋਕਡਾਊਨ ਰਿਹਾ, 2-3 ਮਹੀਨੇ ਜਿੰਨਾ ਵੀ 4-5 ਮਹੀਨੇ ਕਰੋਨਾ ਦੇ ਹੋ ਗਏ ਨੇ, 3 ਮਹੀਨੇ ਵਿੱਚ ਸਿਰਫ ਤੇ ਸਿਰਫ ਤੁਹਾਡਾ ਸਾਡਾ ਤੇ ਪਬਲਿਕ ਦਾ ਨੁਕਸਾਨ ਹੋਇਆ ਵਾ। ਸਾਨੂੰ ਬਿੱਲ ਵੀ ਭੇਜੇ ਗਏ ਨੇ, ਸਾਡੇ ਖਰਚੇ ਵੀ ਘਟੇ ਨਹੀਂ, ਖਰਚੇ ਵੀ ਵਧੇ ਹੀ ਨੇ। ਸਰਕਾਰਾਂ ਨੇ ਕਿਤੇ ਸਾਡੀ ਬਾਂਹ ਨਹੀਂ ਫੜੀ, ਸਰਕਾਰਾਂ ਨੇ ਕਿਹਾ ਕੰਮ ਬੰਦ ਕਰਕੇ ਘਰ ਬਹਿ ਜਾਓ, ਬਾਕੀ ਕੁਛ ਨਹੀਂ ਕਰਨਾ। ਬਿੱਲ ਡਬਲ ਡਬਲ, ਦਿੱਲੀ 'ਚ ਉਲਟ 0 ਬਿੱਲ ਆ ਰਹੇ ਲੋਕਾਂ ਦੇ। ਇੱਥੇ ਮੇਰੇ ਆਪਣੇ ਖੁਦ ਦੇ ਘਰ ਦਾ ਬਿੱਲ 20,000 ਆ ਭਾਅ ਜੀ, 1 ਮੀਟਰ ਲੱਗਾ ਤੇ। ਜਿੰਨੀਆਂ ਕਿ ਤੁਸੀਂ ਪਰੇਸ਼ਾਨੀਆਂ ਦੱਸੀਆਂ ਕਿ ਆਮ ਆਦਮੀ ਪਾਰਟੀ ਨੇ ਇਹਦੇ ਖਿਲਾਫ਼ ਕੋਈ ਪ੍ਰੋਟੈਸਟ ਵੀ ਕੀਤਾ ਹੈ? ਬਿਲਕੁਲ ਜੀ, ਇੱਕ ਪਰੇਸ਼ਾਨੀ ਤੁਹਾਨੂੰ ਮੈਂ ਹੋਰ ਗੱਲ ਕਰਾਂਗਾ, ਤੁਸੀਂ ਸ਼ਾਇਦ ਗੱਲ ਨਹੀਂ ਕਰ ਪਾਏ ਮੇਰੇ ਨਾਲ, ਜਿਹੜੀ ਜ਼ਹਿਰੀਲੀ ਸ਼ਰਾਬ ਸੀ, ਆਮ ਆਦਮੀ ਪਾਰਟੀ ਨੇ ਕੁਲਤਾਰ ਸਿੰਘ ਸੰਧਵਾ ਜੀ ਦੀ ਅਗਵਾਈ ਵਿੱਚ ਤਰਨ ਤਾਰਨ SSP ਦਫ਼ਤਰ ਦੇ ਬਾਹਰ ਧਰਨਾ ਲਾਇਆ, ਉਹ ਬੇਨਤੀਜਾ ਉਹਨਾਂ ਨੇ ਕੀਤਾ, ਕੋਵਿਡ ਕਰਕੇ ਰੁਕ ਗਏ ਧਰਨਾ। SSP ਜਿਹੜੇ ਹੈਗੇ ਨੇ ਉਹ ਮੈਮੋਰੈਂਡਮ ਲੈਣ ਤੱਕ ਨਹੀਂ ਰਾਜੀ ਭਾਅ ਜੀ, ਉਹ ਲੋਕਾਂ ਦੀ ਮੁਸੀਬਤਾਂ ਸੁਣਨ ਤੱਕ ਰਾਜੀ ਨਹੀਂ ਗਏ ਕਿ ਇਹ ਮੁਸੀਬਤ ਇੱਥੇ ਹੈਗੀ ਹੈ। ਜ਼ਹਿਰੀਲੀ ਸ਼ਰਾਬ ਦਾ ਮੁੱਦਾ, ਕੈਪਟਨ ਸਾਹਿਬ ਨੇ ਕੀ ਕਿਹਾ ਸੀ ਭਾਅ ਜੀ, ਅਸੀਂ ਤਾਂ ਨੋਰਮਲ ਸੌਂਹ ਖਾਣ ਲੱਗੇ ਡਰਦੇ ਹਾਂ, ਉਹਨਾਂ ਨੇ ਇੱਕ ਬੜੇ ਪਵਿੱਤਰ ਗ੍ਰੰਥ ਦੀ ਸੌਂਹ ਖਾਧੀ ਕਿ ਮੈਂ ਗੁਟਕਾ ਸਾਹਿਬ ਹੱਥ ਫੜ ਕੇ ਸੌਂਹ ਖਾਂਦਾ ਕਿ ਨਸ਼ਾ 4 ਹਫ਼ਤੇ ਦੇ ਖਤਮ ਕਰਾਂਗਾ। ਆਮ ਆਦਮੀ ਪਾਰਟੀ ਨੇ 4 ਮਹੀਨਿਆਂ 'ਚ ਕਹਿੰਦਾ ਮੈਂ 4 ਹਫ਼ਤੇ ਦੇ ਖਤਮ ਕਰਾਂਗਾ, ਨਸ਼ਾ ਜਿਉਂਦਾ ਤਿਉਂ ਵੀ ਕਰੇ। ਉਸੇ ਤਰੀਕੇ ਦੇ ਨਾਲ 6:30 ਵਜੇ ਪੂਰੀ ਪੁਲਿਸ ਸੜਕਾਂ 'ਤੇ ਹੁੰਦੀ ਲੋਕਡਾਊਨ ਦੇ ਵਿੱਚ, ਦੁਕਾਨਾਂ ਬੰਦ, ਅਤੇ ਨਸ਼ਾ ਧੜੇਲਣਾ ਵੀ ਕਰਿਆ, ਉਦੋਂ ਪੁਲਿਸ ਕਿੱਥੇ ਜਾਂਦੀ ਹੈ ਜੀ, ਉਦੋਂ ਸਰਕਾਰ ਸੋ ਜਾਂਦੀ ਹੈ। ਇਹ ਸੀ ਜੀ ਦੀਕਸ਼ਿਤ ਧਵਨ ਜੀ, ਜਿਨ੍ਹਾਂ ਦੇ ਅਸੀਂ ਹੁਣ ਵਿਊ ਜਾਣੇ ਨੇ ਕਿ ਉਹ ਲੋਕਾਂ ਨੂੰ ਲੈ ਕੇ ਵੀ ਬਹੁਤ ਗੰਭੀਰ ਨੇ, ਅਤੇ ਉਹ ਚਾਹੁੰਦੇ ਨੇ ਕਿ ਯੂਥ ਇਹਨਾਂ ਨਾਲ ਇਕੱਠਾ ਹੋਵੇ, ਅਤੇ ਆਉਣ ਵਾਲੀ ਜਿਹੜੀ 20-22 ਇਲੈਕਸ਼ਨ ਨੇ ਉਹਦੇ ਵਿੱਚ ਜ਼ੋਰ ਸ਼ੋਰ ਨਾਲ ਆਮ ਆਦਮੀ ਪਾਰਟੀ ਸਰਕਾਰ ਬਣਾਈ ਜਾਵੇ, ਤਾਂ ਕਿ ਇਹ ਜਿਹੜੇ ਲੋਕਾਂ ਦੀਆਂ ਮੁਸੀਬਤਾਂ ਨੇ ਇਹਨਾਂ ਨੂੰ ਟਾਲਿਆ ਜਾਵੇ, ਇਹਨਾਂ ਦੇ ਵਿੱਚ ਇਹ ਆਪਣੀ ਸਰਕਾਰ ਥਾਈ ਉਹਨਾਂ ਦੀ ਬਾਂਹ ਫੜਨ, ਜਿੱਦਾਂ ਦਿੱਲੀ 'ਚ ਬਹੁਤ ਸਾਰੀਆਂ ਫੈਸਿਲਿਟੀਆਂ ਇਹਨਾਂ ਦੱਸਿਆ ਕਿ ਇਹਨਾਂ ਦਿੱਤੀਆਂ ਗਈਆਂ ਨੇ, ਉਸੇ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ, ਪੰਜਾਬ ਦੇ ਵਿੱਚ ਵੀ ਸ਼ੁਰੂ ਕੀਤੀ ਜਾਵੇ। ਤਾਂ ਜੀ ਅੰਮ੍ਰਿਤਸਰ ਪੇਜ ਦੇ ਨਿਊਜ਼ ਦੇ ਰਸਤੇ ਕੋਈ ਹੋਰ ਕੋਈ ਸੰਦੇਸ਼ ਦੇਣਾ ਹੋਵੇ ਦੇਣਾ ਚਾਹੋ? ਸੰਦੇਸ਼ ਲੋਕ ਇਹ ਫਿਰ ਲੋਕ ਤੰਦਰੁਸਤ ਰਹਿਣ, ਆਪਣੇ ਸਿਹਤ ਦਾ ਆਪ ਖਿਆਲ ਰੱਖਣ, ਅਤੇ ਇੱਕ ਮੇਕ ਸ਼ੋਰ ਕਰਨਾ ਚਾਹਾਂਗਾ ਤੁਹਾਡੇ ਥਰੂ, ਇਸ ਵਾਰੀ ਲਾਸਟ ਮੌਕਾ ਜੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰੋ ਕਰੋ, ਕਿਉਂਕਿ ਜਿਹਦੇ ਕਰਕੇ ਤੁਹਾਨੂੰ ਆਮ ਆਦਮੀ ਪਾਰਟੀ ਆਏਗੀ ਤੇ ਤੁਹਾਡੇ ਹੱਕ ਤੁਹਾਨੂੰ ਮਿਲਣਗੇ। ਸਮੇਂ ਸਮੇਂ ਦੀ ਸਰਕਾਰਾਂ ਨੇ ਤੁਹਾਨੂੰ ਤੁਹਾਡੇ ਹੱਕ ਬਿਲਕੁਲ ਨਹੀਂ ਦਿੱਤੇ ਜੇ, ਲਾਸਟ ਮੌਕਾ ਤੁਹਾਡੇ ਇਸ ਤਰ੍ਹਾਂ।